ਮੁੰਡੇ ਦਾ ਵਿਆਹ ਇੰਜ ਕਰਨਾ ਹੈ ਪੀ ਦੁਨੀਆ ਦੇਖੂ। ਚਾਚਾ ਜੀ ਫਿਰ A1 ਲਗਜ਼ਰੀ ਵੈਡਿੰਗ ਕਾਰ ਦੀ ਬੁਕਿੰਗ ਕਰਵਾਓ। A1 ਲਗਜ਼ਰੀ ਵੈਡਿੰਗ ਕਾਰ ਆਡੀ, BMW, ਜੈਗਵਾਰ, ਰੇਂਜ ਰੋਵਰ ਬੜੇ ਹੀ ਵਾਜਿਬ ਕੀਮਤਾਂ ਉੱਪਰ ਹਾਇਰ ਕਰ ਸਕਦੇ ਹੋ। ਵਿਆਹ ਸ਼ਾਦੀ ਡੋਰੀ ਜਾਂ ਕਿਸੇ ਵੀ ਸੈਲੀਬ੍ਰੇਸ਼ਨ ਲਈ ਹਮੇਸ਼ਾ ਯਾਦ ਰੱਖੋ A1 ਲਗਜ਼ਰੀ ਵੈਡਿੰਗ ਕਾਰ, 41 ਚੌਂਕ ਫਿਰੋਜ਼ਪੁਰ ਰੋਡ, ਲੁਧਿਆਣਾ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਲਵਿੰਦਰ ਭੰਗੂ ਹੋਰਾਂ ਨੂੰ 98725-0119-9875-0111-9। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਮੈਂ ਤੁਹਾਡਾ ਆਪਣਾ ਹਰਸ਼। ਅੱਜ ਅਸੀਂ ਆਏ ਹਾਂ ਬਠਿੰਡਾ ਦੇ ਟੀਚਰ ਹੋਮ ਦੇ ਵਿੱਚ, ਜਿੱਥੇ ਕਿ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੇ ਉੱਤੇ ਨਾਨਕ ਰੰਗੇ ਮੇਲਾ ਲੱਗਿਆ। ਅੱਜ ਉਰੇ ਮੇਲੇ ਦੇ ਵਿੱਚ ਬਹੁਤ ਸੋਹਣੇ ਸੋਹਣੇ ਚਿੱਤਰਕਾਰੀਆਂ ਹੋਈਆਂ ਨੇ ਅਤੇ ਪੰਜਾਬ ਅਤੇ ਹਰਿਆਣਾ ਦੇ ਚਿੱਤਰਕਾਰਾਂ ਦੀ ਚਿੱਤਰਕਾਰੀਆਂ ਉਰੇ ਹੋਈਆਂ ਨੇ। ਆਓ ਅਸੀਂ ਦੇਖਦੇ ਹਾਂ ਕਲਾ ਦੇ ਰੰਗ। ਆਹ ਦੇਖੋ ਜੀ, ਇਹ ਛੋਟੇ ਬੱਚਿਆਂ ਦਾ ਕੰਪੀਟੀਸ਼ਨ ਹੋਇਆ ਸੀਗਾ ਗਰੁੱਪ ਬੀ ਦਾ, ਜਿੱਥੇ ਕਿ ਉਹਨਾਂ ਨੇ ਆਪਣੀ ਪੇਂਟਿੰਗਸ ਬਣਾਈਆਂ ਨੇ ਅਤੇ ਸੁਸਾਇਟੀ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਇਨਾਮ ਵੀ ਦਿੱਤੇ ਨੇ ਇਸ ਪੇਂਟਿੰਗ ਬਣਾਉਣ ਦੇ ਵਿੱਚ, ਅਤੇ ਬੱਚਿਆਂ ਦਾ ਮਨੋਬਲ ਵੀ ਉਤਸ਼ਾਹਿਤ ਹੋਇਆ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਗੁਰੂ ਨਾਨਕ ਦੇਵ ਜੀ ਦਾ ਬਹੁਤ ਅੱਛਾ ਸੰਦੇਸ਼ ਸੀਗਾ ਉਸ ਟਾਈਮ ਦੇ ਲੋਕਾਂ ਨੂੰ, ਜੋ ਅੱਜ ਵੀ ਲੋਕ ਇਸ ਚੀਜ਼ ਨੂੰ ਮੰਨਦੇ ਨੇ ਅਤੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਲਈ ਉਹਨਾਂ ਦੇ ਦਿੱਤੇ ਹੋਏ ਕਦਮਾਂ ਉੱਤੇ ਚੱਲਦੇ ਨੇ। ਗੁਰੂ ਨਾਨਕ ਦੇਵ ਜੀ ਉਰੇ 13-13 ਕਹਿ ਕੇ ਸਾਰਿਆਂ ਨੂੰ ਸਦਾ ਭਲਾ ਕਰਦੇ ਨੇ। ਐਸੇ ਕੰਪੀਟੀਸ਼ਨ, ਐਸੀ ਚਿੱਤਰਕਾਰੀਆਂ ਹੋਣੀਆਂ ਚਾਹੀਦੀਆਂ ਨੇ ਜੋ ਕਿ ਆਉਣ ਵਾਲੇ ਟੈਲੈਂਟ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਦੀਆਂ ਨੇ। ਅਤੇ ਅਸੀਂ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਸੋਹਣੇ ਮੇਲੇ ਦਾ ਪ੍ਰਬੰਧ ਕੀਤਾ, ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਦੇ ਨਾਲ। ਗੁਰੂ ਨਾਨਕ ਦੇਵ ਜੀ ਦੀ ਕਿੰਨੀ ਸੋਹਣੀ ਪੇਂਟਿੰਗ ਆ, ਜਿਸ ਦੇ ਵਿੱਚੋਂ ਉਹ ਇੱਕ ਓਮਕਾਰ ਦਾ ਸੰਦੇਸ਼ ਦੇ ਰਹੇ ਨੇ ਵੀ ਰੱਬ ਪੂਰਨ ਸਿਰਫ ਇੱਕ ਹੀ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਮੁਸਲਿਮ ਹੈ, ਚਾਹੇ ਸਿੱਖ ਹੈ ਜਾਂ ਈਸਾਈ ਹੈ, ਪਰਮਾਤਮਾ ਸਿਰਫ ਇੱਕ ਹੈ ਔਰ ਪਰਮਾਤਮਾ ਤੁਹਾਡੇ ਦਿਲ ਵਿੱਚ ਹੈ, ਤੁਹਾਡੇ ਅੰਦਰ ਹੈ। ਇਹ ਦੇਖ ਕਿੰਨੀ ਸੋਹਣੀ ਪੇਂਟਿੰਗ ਚਿੱਤਰਕਾਰ ਨੇ ਆਪਣੀ ਕਲਾ ਨੂੰ, ਆਪਣੇ ਜਜ਼ਬਾਤਾਂ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਇੱਥੇ ਉਕੇਰਿਆ ਹੈ। ਨਿੱਕੇ ਨਿੱਕੇ ਹੱਥਾਂ ਦੇ ਨਾਲ ਬਣਾਈ ਹੋਈ ਗੁਰੂ ਨਾਨਕ ਦੇਵ ਦੀ ਤਸਵੀਰ ਕਿੰਨਾ ਕੁਛ ਬਿਆਨ ਕਰ ਰਹੀ ਹੈ। ਗੁਰੂ ਨਾਨਕ ਦੇਵ ਜੀ ਦੱਸਦੇ ਹੋਏ, ਸਾਰਾ ਬ੍ਰਹਮੰਡਲ, ਸਾਰਾ ਯੂਨੀਵਰਸ ਸਿਰਫ ਇੱਕ ਹੈ, ਇੱਕ ਓਮਕਾਰ, ਇੱਕ ਓਮਕਾਰ 'ਤੇ ਸਾਰਾ ਸਮਾਇਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਦੇ ਨਾਲ ਆਪਣੇ ਕਿਰਤ ਕਰੋ, ਨਾਮ ਛਕੋ, ਵੰਡ ਛਕੋ ਦਾ ਸੰਦੇਸ਼ ਦਿੰਦੇ ਹੋਏ। ਮੈਂ ਇੱਕ ਹੋਰ ਗੱਲ ਦੱਸਣਾ ਚਾਹਾਂਗਾ, ਗੁਰੂ ਨਾਨਕ ਦੇਵ ਜੀ ਨੂੰ ਪੰਜਾਬ ਦੇ ਵਿੱਚ ਹੀ ਨਹੀਂ, ਸਾਰੇ ਵਰਲਡ ਦੇ ਵਿੱਚ, ਸਾਰੇ ਕਿਤੇ ਇਹਨਾਂ ਨੂੰ ਲੋਕ ਜਾਣਦੇ ਨੇ, ਪਹਿਚਾਣਦੇ ਨੇ, ਇਹਨਾਂ ਦੀ ਪੂਜਾ ਕਰਦੇ ਨੇ, ਇਹਨਾਂ ਨੂੰ ਮੰਨਦੇ ਨੇ, ਕਿਉਂਕਿ ਜੋ ਇਹਨਾਂ ਨੇ ਵਿਚਾਰ ਦਿੱਤੇ ਉਸ ਟਾਈਮ ਸਾਨੂੰ ਦੱਸਿਆ ਉਹ ਬਹੁਤ ਵੱਡੀ ਗੱਲ ਸੀਗੀ। ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੀ ਭਲਾਈ ਦੇ ਵਿੱਚ ਲਾ ਦਿੱਤੀ ਅਤੇ ਅੱਜ ਪੰਜਾਬ ਦੇ ਲੋਕਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਪੰਜਾਬ ਗੌਰਮੈਂਟ ਨੇ ਅਤੇ ਪਾਕਿਸਤਾਨੀ ਗੌਰਮੈਂਟ ਨੇ ਕਰਤਾਰਪੁਰ ਲਾਂਘਾ ਖੋਲ੍ਹ ਕੇ ਬਹੁਤ ਸੋਹਣਾ ਅਤੇ ਚੰਗਾ ਕੰਮ ਕੀਤਾ ਹੈ। ਸਾਡੇ ਨਾਲ ਇਸ ਚਿੱਤਰਕਾਰੀ ਮੇਲੇ ਦੇ ਵਿੱਚ ਕੁਝ ਦਰਸ਼ਕ ਵੀ ਮੌਜੂਦ ਨੇ
ਜੋ ਕਿ ਇਸ ਚਿੱਤਰਕਾਰੀ ਮੇਲੇ ਦਾ ਆਨੰਦ ਮਾਣ ਰਹੇ ਨੇ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਤੁਹਾਨੂੰ ਇਹ ਮੇਲਾ ਕਿਵੇਂ ਲੱਗਿਆ? ਇਹ ਮੇਲਾ ਸਾਨੂੰ ਇੰਨਾ ਵਧੀਆ ਲੱਗ ਰਿਹਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਦੀਆਂ ਹਰ ਜਗ੍ਹਾ 'ਤੇ ਤਸਵੀਰਾਂ ਲੱਗੀਆਂ, ਉਹਨਾਂ ਦੀਆਂ ਸਿੱਖਿਆਵਾਂ ਲੱਗੀਆਂ ਨੇ। ਇੱਕ ਵਾਰੀ ਫਿਰ ਤੋਂ ਮਨ ਰੀਫਰੈਸ਼ ਹੋ ਗਿਆ ਕਿ ਸਾਨੂੰ ਪਰਮਾਤਮਾ ਦੇ ਦੱਸੇ ਹੋਏ ਰਾਹ 'ਤੇ, ਗੁਰੂ ਦੇ ਦੱਸੇ ਹੋਏ ਰਾਹ 'ਤੇ ਕਿਸ ਤਰ੍ਹਾਂ ਚਲਾਉਣਾ ਚਾਹੀਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਇਹ ਦੇਖ ਕੇ ਤਾਂ ਸਾਨੂੰ ਹੋਰ ਪ੍ਰਾਊਡ ਫੀਲ ਹੁੰਦਾ ਆਪਣੇ ਆਪ 'ਤੇ ਕਿ ਅਸੀਂ ਜੋ ਹੈ ਅਸੀਂ ਬਹੁਤ ਕੁਛ ਕਰ ਸਕਦੇ ਹਾਂ, ਸਾਡੇ 'ਤੇ ਸਾਡੇ ਗੁਰੂਆਂ ਨੂੰ ਵੀ ਵਿਸ਼ਵਾਸ ਹੈ। ਅਤੇ ਸਾਨੂੰ ਇਹ ਮਤਲਬ ਬਹੁਤ ਵਧੀਆ ਲੱਗੀ ਐਗਜੀਬਿਸ਼ਨ, ਅਤੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਬਹੁਤ ਸਾਰੀਆਂ ਪੇਂਟਿੰਗਸ ਬਣੀਆਂ ਹੋਈਆਂ ਨੇ। ਸਾਰੇ ਤਰ੍ਹਾਂ ਦੀ ਲਾਈਫ ਨੂੰ, ਜ਼ਿੰਦਗੀ ਦੇ ਜਿਹੜਾ ਜਿਉਣਾ, ਕਿਸ ਤਰ੍ਹਾਂ ਜਿਉਣਾ, ਸਾਰੇ ਤਰ੍ਹਾਂ ਦੇ ਸਾਨੂੰ ਇਹਦੇ ਵਿੱਚ ਇੱਕ ਤਰ੍ਹਾਂ ਕਹਿ ਲਓ ਫਾਰਮੂਲੇ ਦਿੱਤੇ ਹੋਏ ਨੇ। ਵੰਡ ਮਤਲਬ ਕਿਰਤ ਕਰੋ, ਵੰਡ ਖਾਓ, ਨਾਮ ਜਪੋ। ਨਾਮ ਜਪੋਗੇ ਤਾਂ ਤੁਸੀਂ ਕਿਰਤ ਵੀ ਕਰੋਗੇ, ਕਿਰਤ ਕਰੋਗੇ ਤੁਹਾਡੇ ਕੋਲ ਪੈਸੇ ਹੋਣਗੇ, ਤੁਸੀਂ ਦੂਸਰੇ ਨੂੰ ਵੀ ਦਿਓਗੇ, ਤੁਸੀਂ ਦੂਸਰੇ ਦੀ ਹੈਲਪ ਵੀ ਕਰੋਗੇ। ਇਹ ਸਾਰੀਆਂ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ, ਮਤਲਬ ਮੈਂ ਚਾਹੁੰਦੀ ਹਾਂ ਕਿ ਸਾਰੇ ਆ ਕੇ ਇੱਥੇ ਦੇਖਣ ਅਤੇ ਇਹ ਸਿੱਖਿਆਵਾਂ ਨੂੰ ਦੁਬਾਰਾ ਤੋਂ, ਸਾਨੂੰ ਸਾਰਿਆਂ ਨੂੰ ਪਤਾ ਤਾਂ ਹੈ ਪਰ ਇਹ ਪੇਂਟਿੰਗਸ ਦੇਖ ਕੇ ਸਾਡਾ ਮਨ ਫਿਰ ਇੱਕ ਵਾਰੀ ਜਿਹੜੇ ਕਿ ਸਾਨੂੰ ਯਾਦ ਆ ਜਾਂਦੀ ਹੈ ਕਿ ਅਸੀਂ ਫਿਰ ਆਪਣੀ ਜ਼ਿੰਦਗੀ 'ਤੇ ਲਾਗੂ ਕਰੀਏ। ਮੈਮ, ਜਿਵੇਂ ਕਿ ਪੇਂਟਿੰਗ ਬੜੀਆਂ ਸੋਹਣੀਆਂ ਦਿਖੀਆਂ ਨੇ, ਚਿੱਤਰਕਾਰਾਂ ਨੇ ਪੇਂਟਿੰਗਸ ਦੇ ਵਿੱਚ ਕੁਛ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ, ਠੀਕ ਹੈ, ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀਗਾ ਉਹ ਉਕੇਰਿਆ ਗਿਆ ਇਸ ਜਗ੍ਹਾ ਦੇ ਉੱਤੇ। ਕੀ ਤੁਹਾਨੂੰ ਲੱਗਦਾ ਵੀ ਅਗਰ ਦਰਸ਼ਕ ਉਰੇ ਆਉਂਦੇ ਆ, ਉਸ ਚੀਜ਼ ਨੂੰ ਦੇਖਦੇ ਆ, ਇੱਕ ਵਿਜੂਅਲਾਈਜੇਸ਼ਨ ਇਫੈਕਟਸ ਪੈਂਦੇ ਆ, ਅਤੇ ਉਹ ਗੱਲਾਂ ਲੋਕ ਮੰਨਦੇ ਨੇ? ਬਿਲਕੁਲ ਮੰਨਦੇ ਆ ਜੀ। ਮਤਲਬ ਕਹਿਣ ਤੋਂ ਭਾਵ ਕਿ ਜਿਵੇਂ ਤੁਸੀਂ ਮੰਨ ਕੇ ਚੱਲੋ, ਆਪ ਤਾਂ ਆਪਾਂ ਗੁਰੂ ਨਾਨਕ ਦੇਵ ਜੀ ਦੇ ਐਡੀਆਂ ਸੋਹਣੀਆਂ ਪੇਂਟਿੰਗਸ ਲੱਗੀਆਂ ਨੇ ਔਰ ਆਲਰੇਡੀ ਆਪਣੇ ਆਪ ਮਨ ਦੇ ਉੱਤੇ ਪ੍ਰਭਾਵ ਪੈਂਦਾ। ਇਸੇ ਤਰ੍ਹਾਂ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ, ਉੱਥੇ ਜਾ ਕੇ ਜਿਹੜੇ ਸਾਡੇ ਦਿਮਾਗ 'ਚ ਫੀਲ ਹੋਈ, ਉਸ ਸਮੇਂ ਡਿਪੈਂਡ ਕਰਦਾ ਕਿ ਜੇ ਤੁਸੀਂ ਸਿਨੇਮਾ ਹਾਲ 'ਚ ਜਾਂਦੇ ਹੋ ਤੁਹਾਡਾ ਮਨ ਉਹੋ ਜਿਹਾ ਬਣ ਜਾਣਾ, ਤੁਸੀਂ ਜਿਹੋ ਜਿਹੀ ਮੂਵੀ ਦੇਖੀ ਆ ਤੁਹਾਡਾ ਸਿਚੁਏਸ਼ਨ ਉਹੋ ਜਿਹੀ ਬਣ ਜਾਣੀ। ਮੈਂ ਇਸੇ ਕਰਕੇ ਕਹਿ ਰਹੀ ਹਾਂ ਕਿ ਇਹ ਉਪਰਾਲੇ ਹੁੰਦੇ ਹੀ ਰਹਿਣੇ ਚਾਹੀਦੇ। ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੂੰ ਸਮੇਂ ਸਮੇਂ 'ਤੇ ਸਾਨੂੰ ਸਾਰਿਆਂ ਨੂੰ, ਮਤਲਬ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ, ਖੁਦ ਵੀ ਆਉਣਾ ਚਾਹੀਦਾ, ਤਾਂ ਕਿ ਅਸੀਂ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰੀਏ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ। ਦੇਖੋ ਜੀ, ਜਿੱਦਾਂ ਮੈਡਮ ਨੇ ਬੜੀ ਸੋਹਣੀ ਗੱਲ ਕਹੀ ਵੀ ਗੁਰਦੁਆਰਾ ਸਾਹਿਬ ਜਾ ਕੇ ਸਾਨੂੰ ਗੁਰਦੁਆਰੇ ਵਾਲੇ ਰੱਬ ਨੂੰ ਦੇਖਣ ਨੂੰ ਮਿਲਦਾ, ਇਸ ਚਿੱਤਰਕਾਰੀ ਮੇਲੇ ਦੇ ਵਿੱਚ ਆ ਕੇ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦੇ ਰੰਗ ਵਿੱਚ ਇੰਨਾ ਰੰਗ ਗਏ ਹਾਂ ਵੀ ਸਾਨੂੰ ਉਰੇ ਗੁਰੂ ਨਾਨਕ ਦੇਵ ਜੀ ਦੀਆਂ ਸ਼ਿਕਸ਼ਾਵਾਂ, ਗੁਰੂ ਨਾਨਕ ਦੇਵ ਜੀ ਫੀਲ ਹੋ ਰਹੇ ਨੇ। ਆਓ ਅਸੀਂ ਇੱਕ ਆਪਣੇ ਦੂਸਰੇ ਦਰਸ਼ਕ ਨਾਲ ਗੱਲ ਕਰਦੇ ਹਾਂ ਜੋ ਕਿ ਪੰਜਾਬ ਤੋਂ ਬਾਹਰੋਂ ਆਏ ਨੇ। ਹਾਂਜੀ ਮੈਮ, ਕਿਆ ਕਹਿਣਾ ਚਾਹੋਗੇ ਆਪ ਇਸ ਮੇਲੇ? ਕਲਾ ਮੇਲੇ ਮੈਂ ਆ ਕੇ ਹਮੇ ਬਹੁਤ ਅੱਛਾ ਲਗਾ, ਹਮੇ ਗੁਰੂ ਨਾਨਕ ਜੀ ਕੇ ਬਾਰੇ ਮੇਂ ਜੈਸੇ ਕਈ ਚੀਜ਼ੇ ਹੈ ਜੋ ਆਜ ਕਲ ਹਮ ਆਗੀ ਜਨਰੇਸ਼ਨ ਬੜਤੀ ਜਾ ਰਹੀ ਹੈ, ਬੱਚੇ ਪਿਛਲੀ ਜੋ ਹਮਾਰਾ ਹਿਸਟਰੀ ਰਹਾ ਹੈ ਜਾਂ ਜੋ ਵੀ ਹਮਾਰਾ ਗੁਰੂ ਬਾਣੀ ਕੀ ਤਰਫ ਜਾਂ ਇਤਨਾ ਗਿਆਨ ਆਜ ਕਲ ਕੀ ਜਨਰੇਸ਼ਨ ਕੋ ਨਹੀਂ ਹੋਤਾ, ਲੇਕਿਨ ਬੱਚੋਂ ਨੇ ਵੀ ਬਹੁਤ ਅੱਛਾ ਕਾਮ ਕੀਆ ਹੈ ਔਰ ਆਰਟਿਸਟੋਂ ਨੇ ਵੀ ਬਹੁਤ ਅੱਛਾ ਕਾਮ ਕੀਆ, ਦੇਖ ਕਰ ਉਨਕੇ ਬਾਰੇ ਮੇਂ ਉਨਕੀ ਲਾਈਫ ਸਟੋਰੀ ਕੇ ਬਾਰੇ ਮੇਂ ਹਮੇ ਜਾਣ ਕਰ ਬਹੁਤ ਅੱਛਾ ਲਗਾ। ਆਪਕੋ ਮੈਮ ਐਸਾ ਲੱਗਤਾ ਹੈ ਵੀ ਇਹ ਜੋ ਚਿੱਤਰਕਾਰੀ ਮੇਲਾ ਲਗਾ ਗੁਰੂ ਨਾਨਕ ਦੇਵ ਜੀ ਕੇ 550 ਪ੍ਰਕਾਸ਼ ਉਤਸਵ ਕੇ ਉੱਪਰ, ਐਸੇ ਮੇਲੇ ਇੰਡੀਆ ਮੇਂ ਹਰ ਜਗ੍ਹਾ ਪਰ ਲੱਗਣੇ ਚਾਹੀਏ ਵੀ ਜੋ ਹਰ ਲਗਾ ਕੇ ਲੋਕ ਵਹਾਂ ਪਰ ਆ ਕੇ ਇਸ ਮੇਲੇ ਕੋ ਦੇਖੇ, ਚਿੱਤਰਕਾਰੀ ਕੋ ਦੇਖੇ, ਕਿਆ ਆਪਕੋ ਲੱਗਤਾ ਹੈ? ਹਾਂਜੀ ਜ਼ਰੂਰ, ਮੁਝੇ ਜ਼ਰੂਰ ਲੱਗਤਾ ਹੈ ਕਿ ਐਸੇ ਮੇਲੇ ਹੋਤੇ ਹੀ ਰਹਿਣੇ ਚਾਹੀਏ, ਕਿਉਂਕਿ ਇਹ ਆਜ ਕੀ ਜਨਰੇਸ਼ਨ ਕੇ ਲਈ ਤਾਂ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜੈਸੇ ਜੈਸੇ ਬੱਚੇ ਸਕੂਲਸ ਮੇਂ ਜਾ ਰਹੇ ਹੈਂ ਔਰ ਉਨਕੋ ਪਿਛਲੀ ਨੌਲੇਜ ਇਤਨੀ ਨਹੀਂ ਹੈ, ਅਗਰ ਹਮ ਆਜ ਵੀ ਕਿਸੀ ਵੀ ਚੀਜ਼ ਕੇ ਬਾਰੇ ਮੇਂ ਬੱਚੋਂ ਸੇ ਪੂਛੇ ਤੋ ਉਨ੍ਹੇ ਇਤਨੀ ਨੌਲੇਜ ਹੀ ਨਹੀਂ ਹੈ, ਯੇ ਚੀਜ਼ੇ ਉਨਕੋ ਨੌਲੇਜ ਵੀ ਬੜਾਏਗੀ, ਪਲੱਸ ਉਨ੍ਹੇ ਆਪਾਂ ਹਮਾਰਾ ਜੋ ਕਲਚਰ ਹੈ, ਹਮਾਰਾ ਜੋ ਇਤਿਹਾਸ ਹੈ, ਉਸਕੇ ਬਾਰੇ ਮੇਂ ਜਾਣਨੇ ਕਾ ਇੱਕ ਅੱਛਾ ਅਵਸਰ ਮਿਲੇਗਾ, ਇਸੀ ਲਈ ਐਸੇ ਮੇਲੇ ਐਸੇ ਅਵਸਰ ਹੋਤੇ ਰਹਿਣੇ ਚਾਹੀਏ।
यानी कि मैं आपको बताना चाहूँगा, ये दर्शक हिमाचल से आए हैं देखने के लिए, इनके एक रियलिटी इधर रहते हैं, उन्होंने बताया भी इधर गुरु नानक देव जी की चित्रकारी मेला लगा है, तो ये स्पेशल आए हैं। तो मैं यही कहना चाहूँगा भी ऐसे मेले शोभा सिंह सोसाइटी को ऑल ओवर इंडिया के अंदर हर जगह पर लगाने चाहिए। शुक्रिया। कितनी सोहनी पेंटिंग है, तो कितना सोहना ਕਲਾਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਜਿਤਾਏ ਨੇ, ਇੰਝ ਲੱਗਦਾ ਵੀ ਉਹਨਾਂ ਨੇ ਆਪਣੇ ਲਹੂ ਹੀ ਇਸ ਪੇਂਟਿੰਗ ਦੇ ਵਿੱਚ ਪਾ ਦਿੱਤੇ ਨੇ। ਇੰਨਾ ਸੋਹਣੀਆਂ ਕਲਾਕ੍ਰਿਤੀਆਂ ਦੇਖ ਕੇ ਦਿਲੋਂ ਅੰਦਰੋਂ ਗੁਰੂ ਨਾਨਕ ਦੇਵ ਜੀ ਐ ਲੱਗਦਾ ਵੀ ਸਾਡੇ ਸਾਹਮਣੇ ਰੂਬਰੂ ਹੀ ਨੇ। ਇਸ ਮੇਲੇ ਵਿੱਚ ਅਸੀਂ ਬਹੁਤ ਕਲਾਕ੍ਰਿਤੀਆਂ ਦੇਖੀਆਂ, ਬਹੁਤ ਸੋਹਣੀ ਪੇਂਟਿੰਗਸ ਦੇਖੀਆਂ। ਅੱਗੇ ਕੀ ਹੋਏਗਾ ਇਸ ਮੇਲੇ ਦੇ ਵਿੱਚ, 3 ਦਿਨਾਂ ਦੇ ਵਿੱਚ ਹੋਰ ਕਿਹੜੇ ਕਿਹੜੇ ਆਰਟਿਸਟ ਆਉਣਗੇ, ਕਿੱਥੋਂ ਕਿੱਥੋਂ ਕਲਾਕਾਰ ਆਉਣਗੇ, ਹੋਰ ਕਿਹੜੀਆਂ ਨਵੀਂ ਚਿੱਤਰਕਾਰੀਆਂ ਹੋਣਗੀਆਂ, ਆਓ ਆਪਾਂ ਜਾਣਦੇ ਹਾਂ ਇਸ ਮੇਲੇ ਦੇ ਪ੍ਰਬੰਧਕ ਸਰਦਾਰ ਹਰਦਰਸ਼ਨ ਸਿੰਘ ਸੋਹਲ ਦੇ ਨਾਲ। ਅਸੀਂ ਪਿਛਲੇ 30 ਸਾਲਾਂ ਤੋਂ ਕਲਾ ਦੇ ਖੇਤਰ ਵਿੱਚ, ਚਿੱਤਰਕਾਰੀ ਦੇ ਖੇਤਰ ਵਿੱਚ ਇਹ ਕਲਾ ਮੇਲੇ ਲਗਾ ਰਹੇ ਹਾਂ। ਇਹ ਸਾਡਾ 25ਵਾਂ ਕਲਾ ਮੇਲਾ ਹੈ। ਜਿਹੜਾ 25ਵਾਂ ਕਲਾ ਮੇਲਾ ਹੈ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ। ਇਹਦੇ ਵਿੱਚ ਸਾਡੇ ਲਗਭਗ ਉੱਤਰੀ ਭਾਰਤ ਤੋਂ 55 ਦੇ ਕਰੀਬ ਚਿੱਤਰਕਾਰਾਂ ਨੇ ਭਾਗ ਲਿਆ, ਜਿਨ੍ਹਾਂ ਦੀਆਂ 100 ਤੋਂ ਵੱਧ ਚਿੱਤਰ ਇੱਥੇ ਲੱਗੇ ਹੋਏ ਆ। ਇਸ ਵਾਰੀ ਅਸੀਂ ਜਿਹੜਾ ਇਹ ਮੇਲਾ ਰੱਖਿਆ, ਪੇਂਟਿੰਗ ਦਾ ਥੀਮ ਰੱਖਿਆ, ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ, ਉਹਨਾਂ ਦਾ ਫਲਸਫਾ, ਉਹਨਾਂ ਦੀ ਗੁਰਬਾਣੀ 'ਤੇ ਆਧਾਰਿਤ ਰੱਖਿਆ। ਤੁਸੀਂ ਦੇਖ ਰਹੇ ਹੋ ਸਾਰੀਆਂ ਪੇਂਟਿੰਗਸ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਨੇ। ਇੱਥੇ ਪਹਿਲੇ ਦਿਨ ਅਸੀਂ ਇੱਕ ਪੇਂਟਿੰਗ ਕੰਪੀਟੀਸ਼ਨ ਵੀ ਕਰਾਇਆ, ਜਿਹਦੇ ਵਿੱਚ ਇਕੱਲੇ ਬਠਿੰਡੇ ਦੇ ਨਹੀਂ ਸਗੋਂ ਹਰਿਆਣੇ ਦੇ, ਰਾਜਸਥਾਨ ਦੇ ਅਤੇ ਹੋਰ ਜ਼ਿਲ੍ਹਿਆਂ ਦੇ ਲਗਭਗ 250 ਬੱਚਿਆਂ ਨੇ ਭਾਗ ਲਿਆ। ਔਰ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਦੀ ਜੀਵਨੀ ਅਤੇ ਉਹਨਾਂ ਦੇ ਫਲਸਫੇ ਅਤੇ ਜੀਵਨ ਫਲਸਫੇ 'ਤੇ ਕੰਮ ਕੀਤਾ, ਜਿਹਦੇ ਵਿੱਚੋਂ ਉਹਨਾਂ ਨੇ ਪ੍ਰਾਈਜ਼ ਵੀ ਹਾਸਲ ਕੀਤੇ, ਜਿਹਨਾਂ ਵਿੱਚ ਅਸੀਂ ਉਹਨਾਂ ਨੂੰ ਫਸਟ, ਜਿਹੜਾ ਆਉਣ ਵਾਲੇ ਬੱਚੇ, ਤਿੰਨ ਗਰੁੱਪ ਸੀ, ਤਿੰਨਾਂ ਨੇ 1000 ਰੁਪਇਆ ਮੋਮੈਂਟੋ ਸਰਟੀਫਿਕੇਟ ਦਿੱਤੇ, ਸੈਕਿੰਡ ਵਾਲਿਆਂ ਨੂੰ 500 ਰੁਪਇਆ, ਥਰਡ ਵਾਲਿਆਂ ਨੂੰ 300 ਅਤੇ ਕੰਸੋਲੇਸ਼ਨ ਵਾਲਿਆਂ ਨੂੰ ਅਸੀਂ 100 ਰੁਪਇਆ ਪ੍ਰਤੀ ਬੱਚਾ ਦਿੰਦੇ ਹਾਂ। ਇਸ ਤਰ੍ਹਾਂ ਅਸੀਂ 50 ਬੱਚਿਆਂ ਦੇ ਇਹ ਪ੍ਰਾਈਜ਼ ਹਾਸਲ ਕੀਤੇ ਹੈ। ਇਸੇ ਤਰ੍ਹਾਂ ਜਿਹੜੇ ਇਹ ਆਰਟਿਸਟ ਹੈ, ਸੀਨੀਅਰ ਆਰਟਿਸਟ ਹੈ, ਇਹਦੇ ਵਿੱਚ ਅਸੀਂ ਇੱਕ ਹਰ ਸਾਲ ਇੱਕ ਆਰਟਿਸਟ ਨੂੰ ਅਸੀਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੰਦੇ ਹਾਂ, ਜਿਹਦੇ ਵਿੱਚ ਇਸ ਵਾਰੀ ਯਸ਼ਪਾਲ ਜੀ ਜੈਤੋ ਤੋਂ ਬੜੇ ਅੱਛੇ ਚਿੱਤਰਕਾਰ ਨੇ ਔਰ ਵਧੀਆ ਸਾਡੇ ਸੀਨੀਅਰ ਚਿੱਤਰਕਾਰ ਨੇ, ਉਹਨਾਂ ਨੂੰ ਅਸੀਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਰਹੇ ਹਾਂ। ਉਹ ਤੋਂ ਬਿਨਾਂ ਅਸੀਂ ਪੰਜਾਬ ਭਰ ਦੇ ਨਹੀਂ, ਉੱਤਰੀ ਭਾਰਤ ਦੇ 7 ਹੋਰ ਆਰਟਿਸਟ ਹੈ ਜਿਹੜੇ ਸੀਨੀਅਰ ਆਰਟਿਸਟ ਹੈ, ਉਹਨਾਂ ਦਾ ਸਨਮਾਨ ਵੀ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਸਨਮਾਨ ਪੱਤਰ, ਲੋਈ, ਸ਼ਾਲ ਦੇ ਕੇ ਸਨਮਾਨਿਤ ਕਰਦੇ ਹਾਂ। ਅਸੀਂ ਐਤਵਾਰ ਨੂੰ ਇਹਦਾ ਜਿਹੜਾ ਸਨਮਾਨ ਸਮਾਰੋਹ ਕਰਾਂਗੇ। ਕੱਲ੍ਹ 30 ਤਰੀਕ ਨੂੰ ਅਸੀਂ ਸਾਡੇ ਦਿੱਲੀ ਤੋਂ ਸਿਧਾਰਥ ਜੀ, ਨੈਸ਼ਨਲ ਇੰਟਰਨੈਸ਼ਨਲ ਆਰਟਿਸਟ ਸਾਡੇ ਕੋਲ ਆ ਰਹੇ ਨੇ, ਜਿਨ੍ਹਾਂ ਨਾਲ ਅਸੀਂ ਕਲਾ ਵਿਸ਼ੇ 'ਤੇ ਗੱਲਬਾਤ ਹੋਏਗੀ। ਤਾਂ ਇਸ ਤਰ੍ਹਾਂ ਸਾਡੇ ਇਹ ਪ੍ਰੋਗਰਾਮ ਹੈ। ਇਹਦੇ ਵਿੱਚ ਸਨਮਾਨਿਤ ਆਰਟਿਸਟਾਂ ਵਿੱਚ ਸਾਡੇ ਇੱਕ ਬ੍ਰਹਮਣ ਦੁਆਨੇ ਤੋਂ ਬਾਬਾ ਚੰਦ ਸਿੰਘ ਜੀ ਹੈ, ਜਿਹੜੇ ਦਸਤਕਾਰੀ ਕਰਦੇ ਆ ਔਰ ਉਹਨਾਂ ਦੇ ਬਣਾਏ ਹੋਏ ਤੁਸੀਂ ਕ੍ਰਾਫਟ ਦੇਖ ਰਹੇ ਹੋ, ਇਹਨਾਂ ਨੂੰ ਵੀ ਅਸੀਂ ਸਨਮਾਨਿਤ ਕਰ ਰਹੇ ਹਾਂ।